Hello students, I am Sukhwinder Kaur, Assistant Professor, Department of Economics, GGDSD College, Hariana, Hoshiarpur. Assi pichle 2-3 lectures to kar rahe hain taxation system, kar pranali. Kar pranali da meaning, kar pranali diyan visheshtaan, changi kar pranali diyan visheshtaan, kar pranali de siddhant, canons of taxation. ਇਹ ਟੌਪਿਕ ਆਪਾਂ ਕਰ ਚੁੱਕੇ ਹਾਂ, ਕਰੈਕਟਰਿਸਟਿਕਸ ਆਫ ਅ ਗੁੱਡ ਟੈਕਸੇਸ਼ਨ ਸਿਸਟਮ ਇਹ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ ਜੋ ਇਸੇ ਲੜੀ ਦੇ ਵਿੱਚ ਇਸੇ ਟੌਪਿਕ ਦੇ ਅੰਦਰ ਜੋ ਸਭ ਟੌਪਿਕ ਕਰਨ ਜਾ ਰਹੇ ਹਾਂ ਉਹ ਹੈਗਾ ਟੈਕਸੇਬਲ ਕਪੈਸਿਟੀ, ਕਰ ਯੋਗ ਸਮਰੱਥਾ। ਵਾਟ ਇਜ਼ ਟੈਕਸੇਬਲ ਕਪੈਸਿਟੀ? ਜਦੋਂ ਅਸੀਂ ਕਿਸੇ ਵੀ ਟੈਕਸੇਸ਼ਨ ਸਿਸਟਮ ਦੀ ਸਟੱਡੀ ਕਰਦੇ ਹਾਂ ਤਾਂ ਸਾਡੇ ਲਈ ਇਹ ਜਾਣਨਾ, ਇਹ ਇਸ ਚੀਜ਼ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਹੁੰਦਾ ਕਿ ਕਿਸੇ ਦੇਸ਼ ਦੇ ਲੋਕਾਂ ਦੀ ਵੱਧ ਤੋਂ ਵੱਧ ਟੈਕਸ ਪੇ ਕਰਨ ਦੀ ਸਮਰੱਥਾ ਕਿੰਨੀ ਹੈ। ਕਿਉਂਕਿ ਇਹ ਤਾਂ ਹੈ ਕਿ ਸਰਕਾਰ ਦੀ ਆਮਦਨ ਦਾ ਸਰੋਤ ਹੈ, ਸਰਕਾਰ ਦੀ ਆਮਦਨ ਦਾ ਸਾਧਨ ਹੈ ਟੈਕਸ, ਅਤੇ ਸਰਕਾਰ ਨੂੰ ਜਦੋਂ ਜ਼ਿਆਦਾ ਆਮਦਨ ਦੀ ਲੋੜ ਹੋਏਗੀ ਤਾਂ ਬਿਨਾਂ ਸ਼ੱਕ ਟੈਕਸ ਦੇ ਵਿੱਚ ਵਾਧਾ ਕੀਤਾ ਜਾਏਗਾ। ਟੈਕਸ ਜਿਹੜਾ ਸਿਸਟਮ ਚੱਲਦਾ ਪਿਆ ਉਹਦੇ ਵਿੱਚ ਥੋੜ੍ਹਾ ਜਿਹਾ ਇਨਕਰੀਜ਼ ਲਿਆਂਦਾ ਜਾਏਗਾ, ਪਰ ਟੈਕਸ ਕਿੰਨਾ ਪੇ ਕਰ ਸਕਦੇ ਆ ਲੋਕ ਕਿਸੇ ਕੰਟਰੀ ਦੇ ਵੱਧ ਤੋਂ ਵੱਧ? ਇਸ ਦੇ ਲਈ ਸਾਨੂੰ ਟੈਕਸੇਬਲ ਕਪੈਸਿਟੀ ਹੈ ਜਿਹੜੀ ਉਸਦੀ ਡਿਟੇਲ ਦੇ ਵਿੱਚ ਜਿਹੜੀ ਸਟੱਡੀ ਆ ਉਹ ਕਰਨੀ ਚਾਹੀਦੀ ਆ, ਉਸਦੀ ਪੂਰੀ ਨੌਲੇਜ ਜਿਹੜੀ ਆ ਉਹ ਹੋਣੀ ਚਾਹੀਦੀ ਆ। ਟੈਕਸੇਬਲ ਕਪੈਸਿਟੀ ਹੁੰਦੀ ਕੀ ਆ? ਰੈਫਰਸ ਟੂ ਦਾ ਮੈਕਸੀਮਮ ਕਪੈਸਿਟੀ ਆਫ ਪੇਇੰਗ ਅ ਟੈਕਸ, ਕਿਸੇ ਦੇਸ਼ ਦੇ ਲੋਕਾਂ ਦੀ ਟੈਕਸ ਪੇ ਕਰਨ ਦੀ ਵੱਧ ਤੋਂ ਵੱਧ ਜਿਹੜੀ ਸਮਰੱਥਾ। ਇਸ ਲਈ ਕਰ ਦੇਣ ਦੀ ਸਮਰੱਥਾ ਤੋਂ ਭਾਵ ਉਸ ਮਾਤਰਾ ਤੋਂ ਹੈ ਜਿਹੜੀ ਇੱਕ ਖਾਸ ਕਰਦਾਤਾ, ਇੱਕ ਟੈਕਸ ਪੇਅਰ ਆ ਜਿਹੜਾ, ਉਹਨਾਂ ਦੇ ਸਮੂਹ ਤੋਂ ਇਕੱਠੀ ਕੀਤੀ ਜਾ ਸਕਦੀ ਹੈ। ਵੱਧ ਤੋਂ ਵੱਧ ਮਾਤਰਾ ਜਿਹੜੀ ਉਹ ਤੁਹਾਡੀ ਟੈਕਸ ਦੇਣ ਦੀ ਸਮਰੱਥਾ ਹੋਏਗੀ। ਪ੍ਰੋਫੈਸਰ ਫਿੰਡਲੇ ਸ਼ਰਾਜ਼ ਕਹਿੰਦੇ ਨੇ ਕਿ ਕਰ ਦੇਣ ਦੀ ਸਮਰੱਥਾ ਉਹ ਵੱਧ ਤੋਂ ਵੱਧ ਰਕਮ ਆ ਜਿਸ ਨੂੰ ਕਿਸੇ ਦੇਸ਼ ਦੇ ਨਾਗਰਿਕ ਸਰਵਜਨਕ ਖਰਚਿਆਂ ਦੇ ਲਈ ਬਿਨਾਂ ਕਸ਼ਟ ਦੇ ਸਕਦੇ ਆ। ਜਿਹੜੀ ਬਿਨਾਂ ਕਸ਼ਟ ਦੇ ਤੁਸੀਂ ਸਰਕਾਰ ਨੂੰ ਖਰਚਿਆਂ ਕਰਨ ਲਈ ਦਿੰਦੇ ਹੋ ਇਨਕਮ, ਕਿਉਂਕਿ ਟੈਕਸ ਕੀ ਹੈ? ਸਰਕਾਰ ਦੀ ਆਮਦਨ ਦਾ ਸਰੋਤ, ਸੋਰਸ ਆਫ ਇਨਕਮ, ਅਤੇ ਜਿਹੜੀ ਇਨਕਮ ਤੁਸੀਂ ਵੱਧ ਤੋਂ ਵੱਧ ਦੇ ਸਕਦੇ ਹੋ ਸਰਕਾਰ ਨੂੰ ਖਰਚ ਕਰਨ ਦੇ ਲਈ ਬਿਨਾਂ ਕਿਸੇ ਪ੍ਰੋਬਲਮ ਦੇ, ਬਿਨਾਂ ਕਿਸੇ ਆਨਾਕਾਨੀ ਦੇ, ਉਹ ਤੁਹਾਡੀ ਟੈਕਸੇਬਲ ਕਪੈਸਿਟੀ ਹੁੰਦੀ ਹੈ। ਅਤੇ ਹੁਣ ਟੈਕਸੇਬਲ ਕਪੈਸਿਟੀ ਕਿੰਨੀ ਤਰ੍ਹਾਂ ਦੀ ਹੁੰਦੀ ਹੈ, ਇਹਦੀਆਂ ਕੀ ਕਿਸਮਾਂ ਇਹ ਆਪਾਂ ਕਰਾਂਗੇ। ਟੈਕਸੇਬਲ ਕਪੈਸਿਟੀ ਦੋ ਕਿਸਮਾਂ ਜਿਹੜੀਆਂ ਮੁੱਖ ਰੂਪ ਦੇ ਵਿੱਚ, ਇੱਕ ਹੈਗੀ ਐਬਸਲਿਊਟ ਟੈਕਸੇਬਲ ਕਪੈਸਿਟੀ ਜਿਹਨੂੰ ਅਸੀਂ ਕਹਿੰਦੇ ਨਿਰਪੇਖ ਕਰ ਦੇਣ ਦੀ ਸਮਰੱਥਾ, ਅਤੇ ਦੂਸਰੀ ਹੈਗੀ ਰਿਲੇਟਿਵ ਜਿਹੜੀ ਟੈਕਸੇਬਲ ਕਪੈਸਿਟੀ, ਸਾਪੇਖ ਕਰ ਦੇਣ ਦੀ ਸਮਰੱਥਾ। ਨਿਰਪੇਖ ਕਰ ਦੇਣ ਦੀ ਸਮਰੱਥਾ ਜਿਸ ਤਰ੍ਹਾਂ ਆਪਾਂ ਸਿੰਪਲ ਜਿਹੇ ਅੱਖਰਾਂ 'ਚ ਕਹੀਏ ਵੀ ਜਦੋਂ ਅਸੀਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਦੇ, ਅਸੀਂ ਆਪਣੀ ਕੰਟਰੀ ਦੇ ਵਿੱਚ ਹੀ ਦੇਖਦੇ ਹਾਂ, ਅਤੇ ਜਦੋਂ ਅਸੀਂ ਕਿਸੇ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ ਉਹ ਰਿਲੇਟਿਵ ਆ ਜਾਂਦਾ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਐਬਸਲਿਊਟ ਟੈਕਸੇਬਲ ਕਪੈਸਿਟੀ। ਇੱਕ ਵਿਅਕਤੀ ਜਾਂ ਦੇਸ਼ ਦੀ ਆਮਦਨ ਜਾਂ ਰਾਸ਼ਟਰੀ ਆਮਦਨ ਵਿੱਚੋਂ ਸਰਕਾਰ ਕਰ ਦੇ ਰੂਪ ਵਿੱਚ ਇੰਨੀ ਵੱਧ ਤੋਂ ਵੱਧ ਰਕਮ ਬਿਨਾਂ ਕੋਈ ਬੁਰਾ ਪ੍ਰਭਾਵ ਪਾਏ ਵਸੂਲ ਕਰ ਸਕਦੀ ਹੈ ਉਸਨੂੰ ਨਿਰਪੇਖ ਕਰ ਦੇਣ ਦੀ ਸਮਰੱਥਾ ਕਿਹਾ ਜਾਂਦਾ। ਬੁਰਾ ਪ੍ਰਭਾਵ ਪਾਏ, ਦੇਖੋ ਬੁਰਾ ਪ੍ਰਭਾਵ ਪਾਏ ਵਰਡ ਦੇਖੋ, ਇਹ ਲਿਖਿਆ ਹੋਇਆ ਬੁਰਾ ਪ੍ਰਭਾਵ ਪਾਏ, ਮੀਨਸ ਕਿਸ ਤਰ੍ਹਾਂ ਹੁੰਦਾ ਕਿ ਜੇ ਸਾਡੇ 'ਤੇ ਜ਼ਿਆਦਾ ਇਨਕਮ ਟੈਕਸ ਲੱਗ ਜਾਏਗਾ ਤਾਂ ਬਿਨਾਂ ਸ਼ੱਕ ਜਦੋਂ ਇਨਕਮ ਟੈਕਸ ਸਾਨੂੰ ਜ਼ਿਆਦਾ ਪੇ ਕਰਨਾ ਪਏਗਾ ਤਾਂ ਸਾਡੇ ਕੋਲ ਜਿਹੜੀ ਖਰਚਯੋਗ ਆਮਦਨ ਆ ਜਿਹਨੂੰ ਅਸੀਂ ਡਿਸਪੋਜ਼ੇਬਲ ਆਮਦਨ ਕਹਿੰਦੇ ਹਾਂ ਉਹ ਘੱਟ ਜਾਏਗੀ, ਸਾਡੀ ਡਿਮਾਂਡ ਘਟੇਗੀ, ਡਿਮਾਂਡ ਘਟੇਗੀ ਤਾਂ ਬਿਨਾਂ ਸ਼ੱਕ ਪ੍ਰੋਡਕਸ਼ਨ ਘਟਾਉਣੀ ਪਏਗੀ ਅਤੇ ਅਨਇੰਪਲਾਇਮੈਂਟ ਘਟੇਗੀ। ਮੀਨਸ ਤੁਹਾਡੀ ਇੱਕ ਇਕਨੋਮਿਕ ਡਿਵੈਲਪਮੈਂਟ ਦੀ ਜਿਹੜੀ ਪ੍ਰੋਸੈਸ ਆ ਉਹਦੇ ਵਿੱਚ ਇੱਕ ਹਿੰਡਰੈਂਸ, ਇੱਕ ਰੁਕਾਵਟ ਆ ਜਿਹੜੀ ਉਹ ਆ ਜਾਏਗੀ। ਠੀਕ ਇਸੇ ਤਰ੍ਹਾਂ ਜੇ ਸੇਲਸ ਟੈਕਸ ਵਧਾ ਦਿੱਤਾ ਜਾਏਗਾ ਤਾਂ, ਕਿਉਂਕਿ ਸਾਨੂੰ ਪ੍ਰਾਈਸ ਜ਼ਿਆਦਾ ਦੇਣਾ ਪਏਗਾ ਤਾਂ ਵੀ ਸਾਡੀ ਡਿਮਾਂਡ ਘਟੇਗੀ, ਦੈਨ ਉਹੀ ਡਿਮਾਂਡ ਘਟਣ ਦੇ ਨਾਲ ਫਿਰ ਕੀ ਹੋਏਗਾ, ਪ੍ਰੋਡਕਸ਼ਨ ਘਟਾਉਣੀ ਪਏਗੀ, ਇੰਪਲਾਇਮੈਂਟ ਘਟਾਉਣੀ ਪਏਗੀ, ਇਨਕਮ ਘਟੇਗੀ, ਸੇਵਿੰਗ ਘਟੇਗੀ, ਇਨਵੈਸਟਮੈਂਟ ਘਟੇਗੀ, ਕੈਪੀਟਲ ਫਾਰਮੇਸ਼ਨ ਘਟੇਗੀ। ਇੱਕ ਤਰ੍ਹਾਂ ਨਾਲ ਕਹੀਏ ਤਾਂ ਸਾਡੀ ਇਕਨੋਮਿਕ ਡਿਵੈਲਪਮੈਂਟ ਦੇ ਉੱਪਰ ਉਸਦਾ ਨੈਗੇਟਿਵ ਜਿਹੜਾ ਇੰਪੈਕਟ ਆ ਉਹ ਪਏਗਾ। ਇਸ ਲਈ ਕਿਹਾ ਜਾਂਦਾ ਕਿ ਨਿਰਪੇਖ ਜਿਹੜੀ ਐਬਸਲਿਊਟ ਟੈਕਸੇਬਲ ਕਪੈਸਿਟੀ ਆ ਉਹ ਕੀ ਆ ਕਿ ਬਿਨਾਂ ਕਿਸੇ ਤਰ੍ਹਾਂ ਦਾ ਬੁਰਾ ਪ੍ਰਭਾਵ ਪਾਏ ਤੁਸੀਂ ਰਾਸ਼ਟਰੀ ਆਮਦਨ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਜ਼ਿਆਦਾ ਵਾਧਾ ਕਰ ਸਕਦੇ ਹਾਂ, ਜਿੰਨਾ ਮੈਕਸੀਮਮ ਵਾਧਾ ਕਰ ਸਕਦੇ ਹਾਂ ਬਿਨਾਂ ਕੋਈ ਬੁਰਾ ਪ੍ਰਭਾਵ ਪਾਏ, ਜਿੰਨੀ ਆਮਦਨ ਤੁਹਾਨੂੰ ਟੈਕਸ ਦੀ ਫੋਰਮ 'ਚ ਵੱਧ ਤੋਂ ਵੱਧ ਪ੍ਰਾਪਤ ਹੁੰਦੀ ਹੈ ਉਹ ਟੈਕਸੇਬਲ ਕਪੈਸਿਟੀ ਹੁੰਦੀ ਹੈ। ਪ੍ਰੋਫੈਸਰ ਜੇਕੇ ਮਹਿਤਾ ਨੇ ਕੀ ਕਿਹਾ ਕਿ ਕਿਸੇ ਦੇਸ਼ ਦੀ ਨਿਰਪੇਖ ਕਰ ਦੇਣ ਦੀ ਸਮਰੱਥਾ ਮੁਦਰਾ ਦੀ ਉਹ ਵੱਧ ਤੋਂ ਵੱਧ ਮਾਤਰਾ ਹੈ ਜਿਹੜੀ ਕਰਾਂ ਰਾਹੀਂ ਜਨਤਾ ਤੋਂ ਵਸੂਲ ਕੀਤੀ ਜਾ ਸਕਦੀ ਹੈ। ਹੁਣ ਇਹ ਜਿਹੜੀ ਸਮਰੱਥਾ ਇਹ ਕਿੰਨੀ ਤਰ੍ਹਾਂ ਦੀ ਹੋ ਸਕਦੀ ਹੈ, ਐਬਸਲਿਊਟ ਟੈਕਸੇਬਲ ਕਪੈਸਿਟੀ ਕਿੰਨੀ ਤਰ੍ਹਾਂ ਦੀ ਹੋ ਸਕਦੀ ਹੈ? ਸਭ ਤੋਂ ਪਹਿਲਾਂ ਤਾਂ ਮੈਕਸੀਮਮ, ਮਿਨੀਮਮ ਅਤੇ ਇੱਕ ਹੁੰਦੀ ਓਪਟੀਮਮ। ਮੈਕਸੀਮਮ ਕਿੰਨੀ? ਵੱਧ ਤੋਂ ਵੱਧ ਟੈਕਸ ਆਪਾਂ ਕਿੰਨਾ ਪੇ ਕਰ ਸਕਦੇ ਹਾਂ ਜਿੰਨੀ ਸਾਡੀ ਵੱਧ ਤੋਂ ਵੱਧ ਆਮਦਨ ਹੋਵੇ? 100% ਪੇ ਕਰ ਸਕਦੇ ਹਾਂ ਆਪਾਂ,
ਬਿਨਾਂ ਚੱਕ ਆਪਾਂ ਖੜਨਾ ਨਹੀਂ ਚਾਹੁੰਦੇ ਹੁੰਦੇ, ਪਰ ਜੇ ਸਾਨੂੰ ਮਜਬੂਰ ਕਰ ਦਿੱਤਾ ਜਾਵੇ, ਕਿਉਂਕਿ ਟੈਕਸ ਜਿਹੜੇ ਆ ਉਹ ਬਾਈ ਲਾਅ ਲਗਾਏ ਜਾਂਦੇ ਆ ਅਤੇ ਉਹ ਕੰਪਲਸਰੀ ਪੇਮੈਂਟ ਹੁੰਦੀ ਆ ਜਿਹੜੀ ਗੌਰਮੈਂਟ ਨੂੰ ਦੇਣੀ ਪੈਂਦੀ ਹੈ ਸਾਨੂੰ, ਅਤੇ ਵਿਅਕਤੀ ਦੀ ਆਮਦਨ ਮੰਨ ਲਓ ਕਿਸੇ ਦੀ 10,000 ਹੈ ਅਤੇ ਉਹ ਵੱਧ ਤੋਂ ਵੱਧ 10,000 ਹੀ ਟੈਕਸ ਦੇ ਸਕਦਾ, ਇਹ ਥੋੜ੍ਹੀ ਕਿ ਉਹਦੀ ਆਮਦਨ 10,000 ਹੋਏਗੀ ਤਾਂ ਤੁਸੀਂ ਉਸ ਤੋਂ 11,000 ਟੈਕਸ ਲੈ ਲਓਗੇ। ਮੀਨਸ ਮੈਕਸੀਮਮ ਜਿਹੜੀ ਤੁਹਾਡੀ ਕਪੈਸਿਟੀ ਹੁੰਦੀ ਆ ਉਹ ਕਿੰਨੀ ਹੁੰਦੀ ਆ, ਜਿੰਨੀ ਤੁਹਾਡੀ ਇਨਕਮ ਆ, ਅਤੇ ਮਿਨੀਮਮ ਕਪੈਸਿਟੀ 0। ਆਮਦਨ ਸਾਡੀ ਜਿੰਨੀ ਮਰਜ਼ੀ ਹੋਵੇ ਤਾਂ ਘੱਟ ਤੋਂ ਘੱਟ ਟੈਕਸ ਆਪਾਂ ਕਿੰਨਾ ਦੇ ਸਕਦੇ? 0। ਇਸ ਤਰ੍ਹਾਂ ਤਾਂ ਨਹੀਂ ਨਾ ਕਹਿ ਸਕਦੇ ਕਿ ਸਰਕਾਰ ਨੂੰ ਕਿ ਆਪਾਂ ਟੈਕਸ ਨਹੀਂ ਦੇ ਸਕਦੇ ਜੀ, ਤੁਸੀਂ ਸਾਨੂੰ ਦੇ ਦਿਉ, ਕਿ ਸਾਡੇ ਤੋਂ ਨਹੀਂ ਦਿੱਤਾ ਜਾਂਦਾ ਅਤੇ ਤੁਸੀਂ ਸਾਨੂੰ ਵਾਪਸ ਕਰ ਦਿਉ। ਇਸ ਤਰ੍ਹਾਂ ਨਹੀਂ ਹੁੰਦਾ, ਅਸੀਂ ਜਾਂ ਤਾਂ ਆਪਣਾ 100% ਦੇਵਾਂਗੇ ਜਾਂ ਫਿਰ 0 ਦੇਵਾਂਗੇ, ਇਹ 2 ਕੇਸ ਆ। ਪਰ ਇਹ ਦੋਨੋਂ ਹੀ ਅਤੇ ਉਹ ਆ ਜਿਹੜੇ ਸਿਰਫ ਇੱਥੇ ਗੱਲ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦੇ ਬਾਰੇ ਡਿਸਕਸ਼ਨ ਕੀਤੀ ਜਾ ਸਕਦੀ ਹੈ, ਰਿਐਲਿਟੀ ਦੇ ਵਿੱਚ ਨਹੀਂ ਹੋ ਸਕਦਾ ਕਿ ਜਾਂ ਤਾਂ ਤੁਹਾਨੂੰ ਕੋਈ ਟੈਕਸ ਦੇਣਾ ਹੀ ਨਾ ਪਵੇ ਅਤੇ ਜਾਂ ਤੁਹਾਨੂੰ ਸਾਰੀ ਦੀ ਸਾਰੀ ਆਮਦਨ ਐਜ਼ ਆ ਟੈਕਸ ਦੇਣੀ ਪੈ ਜਾਵੇ। ਇਸ ਲਈ ਜਿਹੜਾ ਆਪਟੀਮਮ ਆ ਉਹ ਕੇਸ ਜੋ ਰਿਐਲਿਟੀ ਦੇ ਵਿੱਚ ਐਕਚੁਅਲ ਵਰਲਡ ਦੇ ਵਿੱਚ ਜੋ ਚੱਲਦਾ ਆਪਟੀਮਮ, ਆਪਟੀਮਮ ਕੀ ਹੁੰਦਾ ਜੀ? ਆਦਰਸ਼ ਦੇ ਕਰ ਦੇਣ ਦੀ ਸਮਰੱਥਾ ਤੋਂ ਭਾਵ ਉਹ ਵੱਧ ਤੋਂ ਵੱਧ ਰਕਮ ਆ ਜਿਹੜੀ ਆਰਥਿਕ ਕਲਿਆਣ ਨੂੰ ਵੱਧ ਤੋਂ ਵੱਧ ਕਰਨ ਦੇ ਲਈ ਟੈਕਸ ਦੇ ਰੂਪ ਦੇ ਵਿੱਚ ਇਕੱਠੀ ਕੀਤੀ ਜਾ ਸਕਦੀ ਹੈ ਜਾਂ ਜਾਂਦੀ ਹੈ। ਪ੍ਰੋਫੈਸਰ ਜੇ ਕੇ ਮਹਿਤਾ ਨੇ ਕੀ ਕਿਹਾ ਸੀ ਕਿ ਆਦਰਸ਼ ਕਰ ਦੇਣ ਦੀ ਸਮਰੱਥਾ ਤੋਂ ਭਾਵ ਉਸ ਸਮਰੱਥਾ ਤੋਂ ਹੈ ਜਿਸਦਾ ਜੇਕਰ ਪੂਰਨ ਰੂਪ ਦੇ ਵਿੱਚ ਪ੍ਰਯੋਗ ਕੀਤਾ ਜਾਵੇ ਤਾਂ ਵੱਧ ਤੋਂ ਵੱਧ ਆਮਦਨ ਪ੍ਰਾਪਤ ਹੋ ਸਕਦੀ ਹੈ ਸਰਕਾਰਾਂ ਨੂੰ। ਜਿਸ ਤਰ੍ਹਾਂ ਅੱਜ ਲਗਾਇਆ ਜਾਂਦਾ ਕਿ ਇੱਕ ਸਲੈਬ ਰੱਖ ਦਿੱਤੀ ਜਾਂਦੀ ਹੈ, ਇੱਕ ਲੋਅਰ ਲਿਮਿਟ ਰੱਖ ਦਿੱਤੀ ਜਾਂਦੀ ਕਿ ਤੁਹਾਡਾ 1.5 ਲੱਖ ਜਾਂ 2.5 ਲੱਖ ਤੋਂ ਉੱਪਰ ਹੀ ਟੈਕਸ ਲੱਗੇਗਾ, ਉਹ ਤੋਂ ਉੱਪਰ ਜੇ ਤੁਹਾਡੀ ਆਮਦਨ ਹੋਏਗੀ ਤਾਂ ਉਸ ਤੋਂ ਉੱਪਰ ਟੈਕਸ ਲੱਗੇਗਾ, ਅਤੇ ਫਿਰ ਤੁਹਾਡੀ ਆਮਦਨ ਦੇ ਉੱਤੇ ਕਿੰਨੇ ਪਰਸੈਂਟ ਲੱਗੇਗਾ, 5%, 10%, ਇਸ ਤਰ੍ਹਾਂ ਫਿਕਸ ਕਰ ਦਿੱਤਾ ਜਾਂਦਾ। ਇਸ ਤਰ੍ਹਾਂ ਇਹ ਆਪਟੀਮਮ ਟੈਕਸੇਬਲ ਕਪੈਸਿਟੀ ਇਸ ਤਰ੍ਹਾਂ ਜਿਹੜੀ ਆ ਡਿਸਾਈਡ ਕੀਤੀ ਜਾਂਦੀ, ਔਰ ਇਹ ਜਿਹੜੀ ਪਰਸੈਂਟੇਜ ਆ ਇਹ ਟਾਈਮ ਦੇ ਅਕੋਰਡਿੰਗ, ਕੰਟਰੀ ਦੇ ਅਕੋਰਡਿੰਗ ਚੇਂਜ ਕੀਤੀ ਜਾ ਸਕਦੀ ਆ, ਅਤੇ ਇਹੀ ਅਸਲ ਦੇ ਵਿੱਚ ਇਸੇ ਤਰ੍ਹਾਂ ਪ੍ਰਕਾਰ ਦੇ ਜਿਹੜੇ ਟੈਕਸ ਰਿਐਲਿਟੀ ਦੇ ਵਿੱਚ ਲਗਾਇਆ ਜਾਂਦਾ। ਨੈਕਸਟ ਹੈਗਾ ਰਿਲੇਟਿਵ ਟੈਕਸੇਬਲ ਕਪੈਸਿਟੀ। ਰਿਲੇਟਿਵ ਟੈਕਸੇਬਲ ਕਪੈਸਿਟੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਰਿਲੇਟਿਵ ਟੈਕਸੇਬਲ ਕਪੈਸਿਟੀ ਦੇ ਵਿੱਚ ਅਸੀਂ ਕਰ ਦੇਣ ਦੀ ਸਮਰੱਥਾ ਦਾ ਇੱਕ ਦੇਸ਼ ਦੇ ਵਿਅਕਤੀਆਂ ਦੀ, ਲੋਕਾਂ ਦੀ ਕਰ ਦੇਣ ਦੀ ਸਮਰੱਥਾ ਦਾ ਦੂਸਰੇ ਦੇਸ਼ ਦੇ ਲੋਕਾਂ ਦੀ ਕਰ ਦੇਣ ਦੀ ਸਮਰੱਥਾ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ। ਅਨੁਪਾਤ ਲਗਾਇਆ ਜਾਂਦਾ ਦੋ ਦੇਸ਼ਾਂ ਦੇ ਰਾਹੀਂ ਜਦੋਂ ਕਰ ਦੇਣ ਦੀ ਸਮਰੱਥਾ ਦੀ ਤੁਲਨਾ ਕੀਤੀ ਜਾਂਦੀ ਆ, ਅਤੇ ਇਸ ਦੇ ਵਿੱਚ ਫਿਰ ਦੇਖਿਆ ਜਾਂਦਾ ਕਿ ਕਿਸ ਦੇਸ਼ 'ਤੇ ਲੋਕਾਂ ਦੀ ਜਿਹੜੀ ਟੈਕਸੇਬਲ ਕਪੈਸਿਟੀ ਆ ਉਹ ਜ਼ਿਆਦਾ ਹੈਗੀ ਆ। ਮੀਨਸ ਇਹਦੇ ਵਿੱਚ ਆਪਾਂ ਦੂਸਰੇ ਦੇਸ਼ ਦੇ ਨਾਲ ਕੰਪੇਅਰ ਕਰਦੇ ਹਾਂ। ਇਸ ਤਰ੍ਹਾਂ ਜਿਹੜੀ ਟੈਕਸੇਬਲ ਕਪੈਸਿਟੀ ਆ ਉਹ ਦੇਖੀ ਜਾਂਦੀ ਆ, ਔਰ ਟੈਕਸੇਬਲ ਸਪੇਖ ਜਿਹੜੀ ਟੈਕਸੇਬਲ ਕਪੈਸਿਟੀ ਆ, ਮੀਨਸ ਐਬਸਲਿਊਟ ਨਹੀਂ ਰਿਲੇਟਿਵ ਟੈਕਸੇਬਲ ਕਪੈਸਿਟੀ ਸਪੇਖ ਕਰ ਦੇਣ ਦੀ ਸਮਰੱਥਾ ਦਾ ਅਨੁਪਾਤ ਇਸ ਗੱਲ ਤੋਂ ਵੀ ਲਗਾਇਆ ਜਾਂਦਾ ਕਿ ਦੋ ਜਾਂ ਵੱਧ ਦੇਸ਼ ਸੂਬੇ ਜਾਂ ਲੋਕਾਂ ਦੇ ਸਮੂਹ ਸਰਵਜਨਕ ਖਰਚ ਦੇ ਲਈ, ਮੀਨਸ ਪਬਲਿਕ ਐਕਸਪੈਂਡੀਚਰ ਸਰਕਾਰੀ ਖਰਚਾਂ ਦੇ ਲਈ ਕਰਾਂ ਦੇ ਰੂਪ ਵਿੱਚ ਕਿਸ ਅਨੁਪਾਤ ਵਿੱਚ ਧਨ ਦਿੰਦੇ ਆ, ਅਤੇ ਜਿਹੜਾ ਵੀ ਦੇਸ਼ ਜਾਂ ਸੂਬਾ ਜਾਂ ਵਿਅਕਤੀ ਦੂਜੇ ਤੋਂ ਟੈਕਸ ਦੇ ਰੂਪ ਦੇ ਵਿੱਚ ਵੱਧ ਰਕਮ ਦਿੰਦਾ ਉਸ ਦੀ ਜਿਹੜੀ ਟੈਕਸੇਬਲ ਕਪੈਸਿਟੀ ਆ, ਰਿਲੇਟਿਵ ਟੈਕਸੇਬਲ ਕਪੈਸਿਟੀ ਆ, ਉਹ ਵੱਧ ਮੰਨੀ ਜਾਂਦੀ ਹੈ। ਇਸ ਤਰ੍ਹਾਂ ਟੈਕਸੇਬਲ ਕਪੈਸਿਟੀ ਆ ਜਿਹੜੀ ਉਹ ਸਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਆ। ਉਹਦੇ ਨਾਲ ਹੀ ਜਿਹੜੀ ਜਿਸ ਤਰ੍ਹਾਂ ਅਸੀਂ ਕੈਨਨਸ ਕੀਤੇ ਸੀਗੇ, ਅਤੇ ਕੈਨਨਸ ਦੇ ਵਿੱਚ ਆਪਾਂ ਕੀ ਕਿਹਾ ਸੀ, ਫਲੈਕਸੀਬਿਲਟੀ ਹੋਣੀ ਚਾਹੀਦੀ ਆ ਕਿ ਸਰਕਾਰ ਨੂੰ ਜਦੋਂ ਲੋੜ ਪਵੇ, ਇੱਕ ਕੈਨਨ ਆਫ ਟੈਕਸੇਸ਼ਨ ਕੀ ਹੈ, ਫਲੈਕਸੀਬਿਲਟੀ, ਕਿ ਜਦੋਂ ਸਰਕਾਰ ਨੂੰ ਲੋੜ ਪਵੇ ਕਿ ਵੱਧ ਇਨਕਮ ਚਾਹੀਦੀ ਆ ਤਾਂ ਟੈਕਸ ਦੀ ਜਿਹੜੀ ਅਮਾਊਂਟ ਆ, ਟੈਕਸ ਦਾ ਜਿਹੜਾ ਰੇਟ ਆ ਉਹਨੂੰ ਵਧਾਇਆ ਜਾ ਸਕੇ, ਪਰ ਟੈਕਸ ਰੇਟ ਵੀ ਇੱਕ ਲਿਮਿਟ ਤੱਕ ਹੀ ਵਧਾਇਆ ਜਾਣਾ ਚਾਹੀਦਾ। ਉਹ ਟੈਕਸ ਰੇਟ ਜਿਹੜਾ ਆ ਟੈਕਸੇਬਲ ਕਪੈਸਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵਧਾਇਆ ਜਾਣਾ ਚਾਹੀਦਾ। ਇਹ ਨਾ ਹੋਵੇ ਕਿ ਟੈਕਸ ਵਧਾ ਕੇ ਤੁਸੀਂ ਆਮਦਨ ਵਧਾ ਲਈ, ਸਰਕਾਰ ਦੀ ਆਮਦਨ ਤਾਂ ਵਧਾ ਲਈ, ਪਰ ਇਹ ਨਾ ਹੋਵੇ ਕਿ ਤੁਹਾਡੀ ਜਿਹੜੀ ਕੈਪੀਟਲ ਫਾਰਮੇਸ਼ਨ ਦੀ ਪ੍ਰੋਸੈਸ ਹੈ ਜਾਂ ਜਿਹੜੀ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਦੀ ਪ੍ਰੋਸੈਸ ਆ, ਇੱਕ ਪ੍ਰਕਿਰਿਆ ਚੱਲੀ ਹੋਈ ਆ, ਗਰੋਥ ਪ੍ਰੋਸੈਸ ਚੱਲੀ ਹੋਈ ਆ, ਉਹਦੇ 'ਤੇ ਕੋਈ ਨੈਗਟਿਵ ਇੰਪੈਕਟ ਆ ਜਿਹੜਾ ਉਹ ਪੈ ਜਾਏ। ਇਸ ਲਈ ਟੈਕਸੇਬਲ ਕਪੈਸਿਟੀ ਨੂੰ ਧਿਆਨ 'ਚ ਰੱਖਣਾ, ਟੈਕਸੇਬਲ ਕਪੈਸਿਟੀ ਦੀ ਸਟੱਡੀ ਕਰਨਾ ਕਾਫੀ ਇੰਪੋਰਟੈਂਟ ਹੋ ਜਾਂਦਾ ਆ ਇਕਨੋਮਿਕ ਪੁਆਇੰਟ ਆਫ ਵਿਊ ਤੋਂ, ਇਕਨੋਮਿਕ ਡਿਵੈਲਪਮੈਂਟ ਦੇ ਪੁਆਇੰਟ ਆਫ ਵਿਊ ਤੋਂ, ਅਤੇ ਕੈਪੀਟਲ ਫਾਰਮੇਸ਼ਨ ਦੇ ਪੁਆਇੰਟ ਆਫ ਵਿਊ ਤੋਂ, ਐਂਡ ਲੋਕਾਂ ਦੇ ਸਟੈਂਡਰਡ ਆਫ ਲਿਵਿੰਗ ਦੇ ਪੁਆਇੰਟ ਆਫ ਵਿਊ ਤੋਂ। ਇਹ ਸੀ ਟੈਕਸੇਬਲ ਕਪੈਸਿਟੀ, ਨੈਕਸਟ ਆਪਾਂ ਅਗਲੇ ਲੈਕਚਰ 'ਚ ਕਰਾਂਗੇ। ਥੈਂਕ ਯੂ।